ਬੱਲੇ ਸ਼ੇਰਾ, ਨਈ ਰੀਸਾਂ ਤੇਰੀਆਂ। ਘਿਓ ਖਾਣਾ ਹੋਵੇ ਤੇ ਕਿਸੇ ਕੋਲ ਚੋਰੀ ਚੱਕ ਲਿਆ ਕਰੋ। ਮਤਲਬ ਆਹ ਵੀਡੀਓ ਚ ਤਾਂ ਇਹ ਉਸਤਾਦ ਜੀ ਨੇ ਕੁਝ ਏਦਾਂ ਦਾ ਕੀਤਾ। ਸਿਆਲ ਆਉਂਦੇ ਪੰਜਾਬ ਦੇ ਵਿੱਚ ਪਿੰਨੀਆਂ ਜਿਹੜੀਆਂ ਨੇ ਉਹ ਬਣਨ ਲੱਗ ਜਾਂਦੀਆਂ ਨੇ। ਮੈਨੂੰ ਲੱਗਦਾ ਅੱਜ ਗਾੜ ਵੀ ਪਿੰਨੀਆਂ ਦਾ ਹੀ ਹੋ ਰਿਹਾ, ਪਰ ਘਿਓ ਜਿਹੜਾ ਇੱਥੇ ਚੋਰੀ ਦਾ। ਕਿਵੇਂ ਦੇਖਦਿਆਂ ਹੀ ਦੇਖਦਿਆਂ ਬਜ਼ੁਰਗ ਦੇ ਅੱਖਾਂ ਦੇ ਵਿੱਚ ਘੱਟਾ ਪਾਤਾ। ਆਹ ਦੇਖ ਲਓ, ਇੱਥੇ ਗੱਲਬਾਤ ਹੁੰਦੀ ਆ, ਕਹਿੰਦੇ ਵੀ ਚਲੋ 10 ਕੁ ਪੈਕਟ ਮੈਗੀਆਂ ਦੇ ਵੀ ਕੱਢ ਲਓ। ਆ ਬਜ਼ੁਰਗ ਜੀ ਮੈਗੀਆਂ ਦੇ ਪੈਕਟ ਕੱਢਦੇ ਆ ਤੇ ਪਿੱਛੋਂ ਲਾਲਾ ਲਾਲਾ ਕਰਕੇ ਮੋਟਰਸਾਈਕਲ ਦੇ ਉੱਤੇ ਫਰਾਰ ਹੋ ਕੇ ਮੁੰਡਾ ਅਹੁਦਾ ਹੋ ਗਿਆ। ਮੈਂ ਕਿਹਾ ਵੈਸੇ ਆਹ ਏਦਾਂ ਦੀ ਚੋਰੀ ਨੂੰ ਬੰਦਾ ਕਵੇ ਵੀ ਕੀ, ਜਿਹੜੀ ਘਿਓ ਦੀ ਚੋਰੀ ਆ। ਪੰਜਾਬ ਚ ਤੇ ਕਹਿੰਦੇ ਆ ਵੀ ਚੋਰੀ ਜਿਹੜੀ ਆ ਖਾਣ ਪੀਣ ਦੀ ਹੁੰਦੀ ਨੀ, ਪਰ ਅਗਲਾ ਚੋਰੀ ਕਰੀ ਜਾਂਦਾ। ਹੁਣ ਇਹਨੂੰ ਕੀ ਕਹੋ, ਤੁਸੀਂ ਵੀ ਪਿੰਨੀਆਂ ਬਣਾਇਓ ਪਰ ਘਿਓ ਏਦਾਂ ਦਾ ਨਾ ਲਿਆਇਓ ਬਾਈ ਜੀ। ਇੱਕ ਵਾਰ ਵੀਡੀਓ ਦੇਖ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਆਹ ਲੋਕਾਂ ਦਾ ਕੀ ਕਰਨਾ ਚਾਹੀਦਾ। ਜੀ ਸਰ, ਕੀ ਨਾਮ ਆ ਤੁਹਾਡਾ? ਸਰ ਸਰ ਤੁਹਾਡੇ ਨਾਲ ਹੋਇਆ ਕੀ ਹੈ ਜੀ? ਮੇਰੇ ਕੋਲ ਕਸਟਮਰ ਘਿਓ ਮੰਗਿਆ, ਮੇਰੇ ਕੋਲ ਘਿਓ ਹੈਗਾ ਤੁਹਾਡੇ ਕੋਲ, ਖੰਡ ਹੈਗੀ ਹੈ ਤੇ ਦੂਜਾ ਸੌਗੀ ਹੈਗੀ ਤੁਹਾਡੇ ਕੋਲ। ਮੈਂ ਆਹ ਸੌਗੀ ਤਾਲੀ ਹੈਗੀ, ਖੰਡ ਤੁਹਾਡੇ ਕੋਲ ਹੈਗੀ 45 ਰੁਪਏ ਕਿਲੋ। ਕਹਿੰਦਾ ਚਾਹ ਖੰਡ ਅੱਗੇ ਲੈ ਲਾਂਗੇ, ਘਿਓ ਦੇ ਦਿਓ ਤੁਸੀਂ। ਘਿਓ ਮੈਂ ਲਾਇਆ, ਕਹਿੰਦੇ ਦੋ ਡੱਬੇ ਲਾ ਕੇ ਉਹਨਾਂ ਨੂੰ ਲਿਫਾਫੇ ਪਾ ਦਿੱਤੇ ਨੇ। ਕਹਿੰਦੇ ਇੱਕ ਡੱਬਾ ਦੂਜਾ ਮੱਝ ਵਾਲੇ ਘੋੜ ਦੇ, ਉਹ ਅਸੀਂ ਘਰੇ ਰੱਖ ਲਾਂਗੇ, ਕਿਸੇ ਨੂੰ ਦੇਣਾ। ਉਹਦਾ ਬਿੱਲ ਬਣ ਗਿਆ 1980 ਰੁਪਏ ਤੇ ਕਹਿੰਦਾ ਇੱਦਾਂ ਕਰੋ ਤੁਸੀਂ 12 ਮੈਗੀਆਂ ਪਾ ਦਿਓ ਤੇ 2100 ਰੁਪਈਆ ਪੂਰਾ ਲੈ ਲਓ। ਉਹ ਮੈਂ ਇੱਧਰ ਮੈਗੀਆਂ ਪਾਉਣ ਗਿਆ, ਪਿੱਛਾ ਮੇਰਾ ਉਹਨਾਂ ਵੱਲੇ ਹੋ ਗਿਆ, ਉਹ ਘਿਓ ਲੈ ਕੇ ਬਾਹਰ ਨਿਕਲ ਗਿਆ। ਜਿਲ੍ਹਾ ਮੈਂ ਮੈਗੀਆਂ ਇੱਥੇ ਰੱਖੀਆਂ ਤੇ ਹੈ ਨਹੀਂ, ਬਾਹਰ ਮੈਂ ਨਿਕਲ ਕੇ ਦੇਖਿਆ ਉਹ ਮੋਟਰਸਾਈਕਲ 'ਤੇ ਭੱਜੇ ਜਾਂਦੇ ਸੀਗੇ। ਕਿੰਨੇ ਮੁੰਡੇ ਸੀ ਸਰ? ਉਹ 2 ਜਾਣੇ ਸੀਗੇ, ਇੱਕ ਦਾ ਮੈਂ ਹਾਂ ਸਪਲੈਂਡਰ ਸੀਗਾ, ਉਹ ਵਾਈਅਰ ਦੇ ਰੀੜਾ ਮੰਡੀ ਨੂੰ ਭੱਜ ਗਏ ਉਹ। ਤੇ ਪਤਾ ਲੱਗਾ ਕੌਣ ਨੇ ਉਹ? ਤੇ ਨਹੀਂ ਪਤਾ ਨਹੀਂ ਲੱਗਾ। ਤੇ ਕੋਲ ਕਿੰਨਾ ਘਿਓ ਲੈ ਕੇ ਆਏ? ਘਿਓ 3 ਕਿਲੋ ਲੈ ਗਏ। ਤੇ ਕੋਈ ਕੰਪਲੇਂਟ ਕੀਤੀ ਤੁਸੀਂ ਪੁਲਿਸ ਨੂੰ ਜੀ? ਨਹੀਂ, ਪੁਲਿਸ ਨੂੰ ਅਜੇ ਤੱਕ ਕੰਪਲੇਂਟ ਨਹੀਂ ਕੀਤੀ, ਕਰਨੀ ਹੈ। ਤੇ ਹੁਣ ਤੁਸੀਂ ਮੰਗ ਕੀ ਕਰਦੇ ਸਰ? ਮੰਗ ਇਹੋ ਵੀ ਸਾਡਾ ਫਾਇਦਾ, ਸਾਨੂੰ ਇਨਸਾਫ ਮਿਲਣਾ ਚਾਹੀਦਾ, ਵਿਆਹਾਂ ਵਾਸਤੇ ਇਹਨਾਂ ਦੇ ਨਕੇਲ ਕੱਸੇ ਜਾਵੇ। ਦਿਨ ਦਿਹਾੜੇ ਟਾਈਮ 6 ਕੁ ਦਾ ਟਾਈਮ ਸੀਗਾ, 2 ਮਿੰਟ ਘੱਟ ਹੀ ਹੋਣੇ ਨੇ, ਇਹ ਦੇਵੀ ਵਾਰ ਦੇ ਨਾਲ ਕਰਦੇ ਫਿਰਦੇ ਨੇ। ਸਾਡੇ ਕੈਮਰੇ ਵੀ ਲੱਗੇ ਨੇ, ਕੈਮਰੇ ਤੇ ਜਿਹੜੇ ਉਹਦੀ ਪੁਲਿਸ ਨੇ ਵੀ ਬਿਲਕੁਲ ਕਲੀਅਰ ਆਈ ਹੈ, ਬੰਦੇ ਫੜੇ ਜਾਣੇ ਚਾਹੀਦੇ ਨੇ।